ਗੋਲੀਆਂ ਨਹੀਂ ਅਗਲੇ ਨਾਲ ਨਾਲ ਬੱਚੇ ਜਿਹੜੇ ਨਸ਼ੇ ਲੈਂਦੇ ਉਹਨੂੰ ਭੇਜਿਆ ਕਿੰਨੇ ਗਏ ਮੀਡੀਆ ਵੱਲੋਂ ਵੀ ਇਹ ਮਾਮਲਾ ਚੁੱਕਿਆ ਗਿਆ ਨਸ਼ਿਆਂ ਦਾ ਤੇ ਸਰ ਪੁਲਿਸ ਹੀ ਉਹਨਾਂ ਨੂੰ ਕਹਿ ਦਿੰਦੀ ਹੈ ਵੀ ਪੱਤਰਕਾਰਾਂ ਕਰਕੇ ਅਸੀਂ ਪਰਚੇ ਦਿੱਤੇ ਆ ਪੱਤਰਕਾਰਾਂ ਦੀਆਂ ਖਬਰਾਂ ਲੱਗ ਗਈਆਂ ਪਰ ਪੁਲਿਸ ਹੀ ਸਰ ਜਿਹੜੇ ਬੰਦੇ ਚੁੱਕਦੀ ਆ ਹੁਣ ਸਰਕਾਰ ਵੀ ਕਹਿੰਦੀ ਆ ਵੀ ਉਹਨਾਂ ਦਾ ਨਾਂ ਗੁਪਤ ਰੱਖੋ ਜਿਹੜੀ ਕੋਈ ਗੰਦੀ ਮਛਲੀ ਹੈਗੀ ਆ ਧਿਆਨ ਚ ਲਿਆਉਂਗੇ ਵੀਲ ਟੇਕ ਵੈਰੀ ਸਟ੍ਰਿਕਟ ਐਕਸ਼ਨ ਕਿਉਂਕਿ ਮੇਰੀ ADGP ਸਾਹਿਬ ਨਾਲ ਸਿੱਧੀ ਡਾਇਰੈਕਟ ਗੱਲ ਹੈ ਜਿੱਥੇ ਕਿਤੇ ਕਿਸੇ ਦੀ ਕਨਾਇਸ ਹੋਵੇ ਚਾਹੇ ਉਹ ਰੈਵਨਿਊ ਦਾ ਅਫਸਰ ਹੋਵੇ ਚਾਹੇ ਉਹ ਪੁਲਿਸ ਦਾ ਅਫਸਰ ਹੋਵੇ ਚਾਹੇ ਉਹ ਡਿਵੈਲਪਮੈਂਟ ਦਾ ਹੋਵੇ ਕਿਸੇ ਵੀ ਮਹਿਕਮੇ ਦਾ ਅਧਿਕਾਰੀ ਜੇਕਰ ਨਸ਼ਿਆਂ ਦੇ ਵਿੱਚ ਰਲ ਕੇ ਇਹਨੂੰ ਪ੍ਰਮੋਟ ਕਰਦਾ ਹੈ ਹੀ ਵਿਲ ਨੋਟ ਬੀ ਐਕਸੈਪਟਿਡ ਦਿਸ ਵਿਲ ਨੋਟ ਬੀ ਐਕਸੈਪਟਿਡ ਐਟ ਆਲ ਬਹੁਤ ਸਖ਼ਤ ਕਾਰਵਾਈ ਕੀਤੀ ਜਾਊਗੀ ਤੁਸੀਂ ਇੱਕ ਇੱਦਾਂ ਕਰੋ ਸਰਪੰਚ ਸਾਹਿਬ ਇੱਕ ਲੋਕਲ ਕਮੇਟੀ ਬਣਾਓ ਬੰਦਿਆਂ ਦੀ ਠੀਕ ਹੈ 4-5-10 ਬੰਦੇ ਬਣਾਓ ਠੀਕ ਹੈ ਉਹ ਬੰਦਿਆਂ ਦੀ ਇੱਕ ਕਮੇਟੀ ਬਣਾ ਕੇ ਕਰਨਾ ਕੀ ਹੈ ਆਪਾਂ ਕਿ ਜਦੋਂ ਤੁਹਾਨੂੰ ਕੋਈ ਨਜ਼ਰ ਆਉਂਦਾ ਫੜਨ ਦੇ ਦੇਣਾ ਜਿਹੜੇ ਪਰਿਵਾਰ ਲੱਗੇ ਪਏ ਨੇ ਇਹਨਾਂ 'ਚ ਪਹਿਲੀ ਗੱਲ ਇਹ ਬੜੀ ਧਿਆਨ ਨਾਲ ਸੁਣ ਲਓ ਜਿਹੜੇ ਬੱਚੇ ਨਿਕਾਹ ਕਰਦੇ ਨੇ ਠੀਕ ਆ ਉਹਨਾਂ ਨੂੰ ਆਪਾਂ ਇਹ ਦਲਦਲ 'ਚੋਂ ਕੱਢਣਾ ਹੈ ਕਲੀਅਰ ਠੀਕ ਹੈ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦੀ ਲਿਸਟ ਬਣਾਓ ਬਣਾ ਕੇ ਉਹਨਾਂ ਨੂੰ ਆਪਾਂ ਇੰਸਪਾਇਰ ਕਰਕੇ ਉਹਨਾਂ ਦਾ ਕੋਈ ਉਹਨਾਂ ਦਾ ਨੁਕਸਾਨ ਨਹੀਂ ਹੋਣਾ ਕੋਈ ਕੁਛ ਨਹੀਂ ਹੋਣਾ ਉਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਣਾ ਹੈ ਲੋਕਾਂ ਦੇ ਅੱਜ ਵੀ ਦਿਮਾਗ ਦੇ ਵਿੱਚ ਬੜੀ ਜਿਹੀ ਗੱਲ ਪੈ ਰਹੀ ਹੈ ਕਿ ਜੇ ਸਾਡੇ ਬੱਚੇ ਨੂੰ ਕਰ ਦਿੱਤਾ ਉਹਨੂੰ ਪੁੱਛੋਗੀ ਪੁੱਛੋਗੀ ਉੱਥੇ ਪਰਚਾ ਦਰਜ ਹੋਊਗਾ ਜੇ ਉਹ ਲਵਾਂ ਇੱਦਾਂ ਦੀ ਗੱਲ ਕੋਈ ਨਹੀਂ ਹੋਣੀ ਹਾਂ ਜਦ ਤੱਕ ਤੁਸੀਂ ਇੱਦਾਂ ਅੱਗੇ ਨਹੀਂ ਆਉਂਗੇ ਕਿਸੇ ਅਫਸਰ ਦੀ ਪਰਵਾਹ ਨਹੀਂ ਕਰਨੀ ਕਿੱਡਾ ਵੀ ਵੱਡਾ ਅਫਸਰ ਨਾ ਬੈਠਾ ਹੋਵੇ ਠੀਕ ਸਰ ਨਸ਼ਾ ਚੱਲਦਾ ਹੈ ਤਾਂ ਕਹਿਣਾ ਚੱਲਦਾ ਹੈ ਜਦ ਤੱਕ ਨਹੀਂ ਇਹਦਾ ਖਾਤਮਾ ਹੋ ਜਾਂਦਾ ਮੈਂ ਦੇਖੂੰਗਾ ਤਾਂ ਵੀ ਉਹ ਅਫਸਰ ਦੇਖੂੰਗੇ ਕਿੱਦਾਂ ਉਹਨਾਂ ਨੇ ਕੰਮ ਕਰਨਾ ਡੈਫੀਨੇਟਲੀ ਰੈਸਟ ਸ਼ੋਰ ਮੈਂ ਇਹ ਵੀਡੀਓ ਚੱਕਿਆ ਪਿਆ ਮੈਂ ਇਹਨੂੰ ਸਾਡੇ ਆਨਰੇਬਲ CM ਸਾਹਿਬ ਦਾ ਪੰਜਾਬ ਸਰਕਾਰ ਦੀ ਇਹ ਕਮਿਟਮੈਂਟ ਹੈ ਨਸ਼ਿਆਂ ਨੂੰ ਖਤਮ ਕਰਨਾ ਪਰ ਜਿੱਦਾਂ ਮੈਨੂੰ ਬੜੀ ਖੁਸ਼ੀ ਹੋਈ ਹੈ ਇੱਦਾਂ ਤੁਸੀਂ ਅੱਗੇ ਆਓਗੇ ਤਾਦੇ ਖਤਮ ਸਰ 4 ਮੌਤਾਂ ਹੋਈਆਂ ਉਸ ਮਹੱਲੇ ਦੇ ਵਿੱਚ DC ਸਾਹਿਬ ਆਏ ਮੂੰਹ ਧੋਣ ਲਈ ਮੇਰਾ ਜਾਂ ਸਿਰਫ ਦੂਜੇ ਅਫਸਰਾਂ ਨੂੰ ਸੈਟਿਸਫਾਈ ਕਰਨ ਦੇ ਲਈ ਕਿ ਜੀ ਆਹ ਗੱਲ ਇੱਦਾਂ ਹੈ ਨਹੀਂ ਜੀ ਬੜਾ ਕੰਟਰੋਲ ਹੋ ਗਿਆ ਜੇ ਝੂਠ ਬੋਲੂਗੇ ਤਾਂ ਫਿਰ ਇੱਥੇ ਕਲਿੱਕ ਸਰ ਉਹ ਨੇਮੂ ਵਾਲੀ ਘਾਟੀ 4 ਮੌਤਾਂ ਹੋਈਆਂ ਜੀ ਜਿੱਥੋਂ ਇੱਕ ਮਾਮਲਾ ਸਾਹਮਣੇ ਆਇਆ ਖੁੱਲ੍ਹ ਕੇ ਬੋਲਿਆ ਪਰਿਵਾਰ ਰਾਈਟ ਵੈਰੀ ਗੁੱਡ ਹਾਂਜੀ ਮੈਂ ਜਾਊਂਗਾ ਵੀ ਥੋੜ੍ਹੇ ਦਿਨਾਂ ਬਾਅਦ ਮੈਂ ਉੱਥੇ ਰੱਖ ਲਿਆ ਠੀਕ ਹੈ ਤੁਸੀਂ ਬਿਲਕੁਲ ਨਿਸ਼ਚਿੰਤ ਰਹੋ ਅਸੀਂ ਬਿਲਕੁਲ ਸਰਕਾਰ ਤੁਹਾਡੇ ਨਿਕਲੇ ਦੂਜਾ ਕੋਡ ਜੇ ਉਹਦੀ ਨਸ਼ੇ ਕਰਦਾ ਉਹ ਵੀ ਤੁਹਾਡੀ ਉਹ ਨੰਬਰ ਨਿਕਲਿਆ ਇਹ ਵੀ ਤੁਹਾਡੀ ਉਹਦੇ ਰਿਕਾਰਡ ਅੱਗੇ ਆਓ ਝਗੜੇ ਹੋ ਕੇ ਦੱਸੋ ਅੱਜ ਧੁੰਦਾ ਪਿੰਡ ਅਤੇ ਮੁੰਡਾ ਪਿੰਡ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਜਿਹੜੇ ਦੇਖੇ ਗਏ ਕੋਈ ਜਿਹੜੇ ਵੀਕ ਪੁਆਇੰਟ ਸੀਗੇ ਜਿੱਥੇ ਕਿ ਆਉਂਦੇ ਫਲੱਡ ਸੀਜ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਿਆਸ ਦੇ ਜਿਹੜੇ ਕੋਈ ਇਫੈਕਟ ਹੋ ਸਕਦਾ ਅੱਜ ਵੀ ਮੈਂ ਜਦੋਂ ਪਿੰਡ ਝੁੰਡੇ ਆ ਧੁੰਦੇ ਦੇ ਵਿੱਚ ਗਿਆ ਅਤੇ ਉੱਥੇ ਵੀ ਲੋਕਾਂ ਨੇ ਮੈਨੂੰ ਬੜਾ ਖੁੱਲ੍ਹ ਕੇ ਇਸ ਬਾਰੇ ਵਿਚਾਰ ਵਟਾਂਦਰਾ ਹੋਇਆ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਦਿਸ ਇਜ਼ ਵਟ ਇਹੋ ਹੀ ਪ੍ਰਸ਼ਾਸਨ ਚਾਹੁੰਦਾ ਸੀ ਇਹੋ ਹੀ ਸਰਕਾਰ ਚਾਹੁੰਦੀ ਹੈ ਕਿ ਲੋਕ ਨਸ਼ਿਆਂ ਵਾਲਿਆਂ ਦੇ ਖਿਲਾਫ਼ ਜਿਹੜੇ ਖੁੱਲ੍ਹ ਕੇ ਸਾਹਮਣੇ ਆ ਤਾਂ ਕਿ ਉਹਨਾਂ ਦੇ ਖਿਲਾਫ਼ ਜਿੱਥੇ ਕਾਰਵਾਈ ਕੀਤੀ ਜਾਵੇ ਉਹਦੇ ਨਾਲ ਜਿਹੜੇ ਬੱਚੇ ਨਸ਼ਾ ਲੈ ਰਹੇ ਉਹਨਾਂ ਨੂੰ ਕੱਢਣ ਦੇ ਲਈ ਵੀ ਜਿਹੜੇ ਪੂਰੇ ਉਪਰਾਲੇ ਕੀਤੇ ਗਏ ਆ
ਉਹ ਵੀ ਜਿਹੜੇ ਬੜੀ ਤੇਜ਼ੀ ਦੇ ਨਾਲ ਸਾਡਾ ਜਿਹੜਾ ਕੰਮ ਤੰਤਰ ਦੇ ਵਿੱਚ ਚੱਲ ਰਿਹਾ। ਅਤੇ ਇੱਦਾਂ ਦੀ ਕੋਈ ਗੱਲ ਨਹੀਂ ਹੈ ਜਿੱਥੇ ਕੋਈ ਤੁਸੀਂ ਮੇਰੇ ਤੁਸੀਂ ਮੇਰੇ ਨੋਟਿਸ ਲਿਆਓ, ਕੋਈ ਵੀ ਸਰਕਾਰੀ ਕਰਮਚਾਰੀ ਕਿਸੇ ਵੀ ਪੱਧਰ ਦਾ ਹੋਵੇ, ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਇਨਵੋਲਵ ਹੈ, ਚਾਹੇ ਉਹ ਪੁਲਿਸ ਦਾ ਹੋਵੇ, ਚਾਹੇ ਉਹ ਰੈਵਨਿਊ ਹੋਵੇ, ਚਾਹੇ ਉਹ ਡਿਵੈਲਪਮੈਂਟ ਦਾ ਹੋਵੇ, ਕਿਸੇ ਵੀ ਮਹਿਕਮੇ ਦਾ ਹੋਵੇ, ਉਹਦੇ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਕੀਤੀ ਜਾਊਗੀ।